ਮੈਂ ਹਰਪਾਲ ਸਿੰਘ ਮੱਲਾਂ ਵਾਲੇ ਤੋਂ 2 ਹਫ਼ਤੇ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ ਕੀ ਕਰਵਾਉਣਾ ਹੈ ਸੀ ਮੈਂ ਅੱਖਾਂ ਦਾ ਟੈਸਟ ਕਰਵਾਉਣਾ ਜੀ ਪਹਿਲੇ ਹਫ਼ਤੇ ਆਏ ਸੀ ਕਹਿੰਦੇ ਵੀ ਡਾਕਟਰ ਹੈ ਨਹੀਂ ਇੱਥੇ ਹੈ ਕਹਿੰਦੇ ਡਾਕਟਰ ਹੈ ਨਹੀਂਗਾ ਹਾਂ ਹਾਂ ਪਿਛਲੇ ਵਾਰ ਆਇਆ ਕਹਿੰਦੇ ਵੀ ਉਹ ਵੀਰਵਾਰ ਡਾਕਟਰ ਬੈਂਦਾ ਹੈ ਜਦੋਂ ਮੈਂ ਵੀਰਵਾਰ ਆਇਆ ਇੱਥੇ ਪਰਚੀ ਲੈਣ ਲੱਗਾ ਲਾਈਨ 'ਚ ਖੜਾ ਸੀਗਾ ਪਹਿਲਾਂ ਜਦ ਪਰਚੀ ਦੀ ਵਾਰੀ ਆਈ ਉਹ ਕਹਿੰਦੇ ਡਾਕਟਰ ਅੱਜ ਉੱਠ ਗਿਆ ਉਹ ਸੋਮਵਾਰ ਮਿਲੇਗਾ ਤੇ 12 ਵਜੇ ਤੋਂ ਪਹਿਲਾਂ 12 ਵਜੇ ਤੱਕ ਉੱਠ ਜਾਏਗਾ ਡਾਕਟਰ ਹਾਂ ਹਾਂ ਉਸ ਤੋਂ ਬਾਅਦ ਮੈਂ ਅੱਜ ਸੋਮਵਾਰ ਆਇਆ ਸੋਮਵਾਰ ਸਵੇਰ ਦਾਨ ਕੇ ਲਾਈਨ 'ਚ ਲੱਗਾ ਕੀ ਖੱਜਲ ਖਵਾਰੀ ਹੋ ਰਹੀ ਗੱਲ ਕੱਜਲ ਖਵਾਰੀ 2 ਹਫ਼ਤੇ ਹੋ ਗਏ ਇੱਕ ਅੱਖਾਂ ਦਿਖਾਉ ਚੈੱਕ ਕਰਾਉਣੀ ਆ 2 ਹਫ਼ਤੇ ਹੋ ਗਏ ਆਉਂਦੇ ਨੂੰ ਚੈੱਕ ਕਰਾਉਣ ਲਈ ਹਾਂਜੀ ਅੱਛਾ ਹੁਣ ਕਿਸ ਤਰ੍ਹਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰੇਸ਼ਾਨੀ ਲਾਈਨ 'ਚ ਲੱਗੇ ਸਵੇਰ ਦੇ ਆਏ ਅਜੇ ਪਤਾ ਨਹੀਂ ਜਦੋਂ ਪਰਚੀ ਕੱਟੀ ਚੇ ਕਿੰਨਾ ਪਤਾ ਲੱਗਣਾ ਕਿ ਡਾਕਟਰ ਮਿਲੇ ਜਾਂ ਨਾ ਮਿਲੇ ਕੋਈ ਪੱਕਾ ਕੱਟਣਾ ਚ ਕਿੰਨੇ ਬੰਦੇ ਲੱਗੇ ਨੇ ਅੱਗੇ ਜਾ ਕੇ ਦੇਖਿਆ ਨਹੀਂ ਮੈਂ 2 ਜਾਂ 3 ਹੁੰਦੇ ਜੀ ਅੰਦਰ ਵਿਕਾਸ ਸਿੰਘ ਕਿੱਥੇ ਰਹਿੰਦਾ ਮੱਲੂ ਵਾਲਾ ਪਿੰਡ ਜੀ ਕਿੰਨੀ ਦੂਰੋਂ ਆਉਂਦੇ ਜੀ ਮੈਂ ਇੱਥੋਂ 40 ਕਿਲੋਮੀਟਰ ਦੂਰ ਆਉਣਾ ਰੋਜ਼ ਹੀ ਆਉਂਦੇ ਮੈਨੂੰ ਹੋ ਗਿਆ ਤੇ ਜਾਵਤਾ ਹੋ ਗਿਆ ਤੇ ਕੋਈ ਇੱਥੇ ਕੋਈ ਟੈਸਟ ਨਹੀਂ ਹੋ ਰਿਹਾ ਦਵਾਈ ਕਹਿੰਦੇ ਖਤਮ ਹੈ ਕਦੀ ਆਉਂਦੇ ਨੇ ਕੋਹ ਗੱਲ ਹੀ ਨਹੀਂ ਕੋਈ ਸੁਣਦਾ ਹੈਗਾ ਸਰਕਾਰ ਤਾਂ ਕਹਿੰਦੀ ਸਾਡੇ ਡਾਕਟਰ ਪੂਰੇ ਨੇ ਸਾਡੀ ਰਹਿ ਡਾਕਟਰ ਪੂਰੇ ਦੀ ਫੈਸਿਲਿਟੀ ਦਿੱਤੀ ਹੈ ਕਿ ਤੁਹਾਨੂੰ ਡਾਕਟਰ ਪੂਰੇ ਕੀ ਕਰਨਗੇ ਦਵਾਈ ਨਹੀਂ ਹੈਗੀ ਉਹ ਮੋੜ ਦਿੰਦੇ ਜਦੋਂ ਆਉਂਦੇ ਹੁਣ ਫਿਰ ਮੈਨੂੰ ਅਗਲੇ ਮੰਗਲਵਾਰ ਫਿਰ ਬੋਲਿਆ ਨੇ ਆਇਆ ਜੀ ਮੇਰਾ ਨਾਮ ਬੇਬੀ ਕੀ ਕਰਵਾਉਣ ਆਏ ਜੀ ਮੈਂ ਆਪਣੇ ਬ੍ਰਦਰ ਦੀ ਦਿਮਾਗ ਦੀ ਦਵਾਈ ਲੈਣੀ ਹੈ ਕਿੰਨੀ ਦੇਰ ਤੋਂ ਆ ਰਹੇ ਹੋ ਸਨ 6-7 ਮਹੀਨੇ ਹੋ ਗਏ ਤੇ ਅੱਜ ਪਰਚੀ ਕਟਾਉਣ ਲਈ ਕਿੰਨੀ ਦੇਰ ਹੋ ਗਈ ਸਰ ਅੱਧਾ ਪੌਣਾ ਘੰਟਾ ਹੋ ਗਿਆ ਤੇ ਕੋਈ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਹੋਇਆ ਕਿ ਅਜੇ ਖੜੇ ਹੀ ਲਾਈਨ ਨਹੀਂ ਲਾਈਨ 'ਚ ਹੀ ਅਜੇ ਲੱਗੇ ਹੋਏ ਜੇ ਪਰਚੀ ਕਟੀਚੇ ਕਿ ਉਸ ਤੋਂ ਬਾਅਦ ਡਾਕਟਰਾਂ ਦਾ ਨਾਮ ਮਿਲੇ ਤੇ ਫਿਰ ਕੀ ਕਰਾਂਗੇ ਹਾਂਜੀ ਫਿਰ ਦਵਾਈ ਯਾਨੀ ਕਿ ਜੋ ਪਹਿਲੇ ਚੱਲ ਰਹੀ ਹੈ ਪਰਚੀ ਤੇ ਲਿਖੀ ਹੋਈ ਲੈ ਕੇ ਚਲੇ ਜਾਵਾਂਗੇ ਖੱਜਲ ਖਵਾਰੀ ਕੀ ਹੋ ਰਹੀ ਹੈ ਟਾਈਮ ਬਹੁਤ ਲੱਗਦਾ ਬਸ ਇਹੀ ਹੈ ਪਰਚੀ ਕੱਟਣ ਦਾ ਘੱਟ ਨਹੀਂ ਕੀ ਗਿਆ ਹਾਂਜੀ ਮੇਰਾ ਨਾਮ ਮੁਲਖਰਾਜ ਹੈ ਕੀ ਕਰਵਾਉਣਾ ਹੈ ਜੀ ਅਸੀਂ ਦਵਾਈ ਲੈਣ ਆਏ ਆ ਕਿੰਨੀ ਦੇਰ ਤੋਂ ਲੱਗੇ ਲੈਣਾ ਮੈਂ ਹਿਸਾਬ ਲਾ ਲਓ ਵੀ 10:15 ਦਾ ਆਇਆ ਤੇ 11:15 ਹੋ ਗਏ ਨੇ ਤੇ ਇਹਨਾਂ ਲਿਖ ਕੇ ਲਾਇਆ ਵੀ 2:15 ਵਜੇ ਛੁੱਟੀ ਆ ਤੇ ਇਹਨਾਂ 12 ਵਜੇ ਬੰਦ ਕਰ ਦੇਣਾ 1 ਘੰਟਾ ਪਹਿਲਾਂ 2 ਘੰਟੇ ਇਹਨਾਂ ਬੰਦ ਕਰ ਦੇਣਾ ਚਾਹ ਵੀ ਇਹਨਾਂ ਵਿੱਚੋਂ ਪੀਣੀ ਆ ਬਹਿਣਾ ਵੀ ਖਲੋਣਾ ਵੀ ਫੋਨ ਵੀ ਆਇਆ ਇਹਨਾਂ ਇੱਥੋਂ ਸੁਣਨਾ ਠੀਕ ਆ ਬੰਦੇ ਸਵੇਰ ਦੇ ਇੱਥੇ ਲੱਗੇ ਆ ਸਾਰੇ ਡਿਸਟਰਬਿੰਗ ਹੋਣ ਦੇ ਹੁਣ ਤਾਂ ਘੱਟੋ ਘੱਟ ਮੀਟਰ ਦੀ ਲਾਈਨ ਉਹ ਉੱਥੋਂ ਤੱਕ ਤਾਂ ਲਾਈਨ ਹੀ ਹੋ ਚੱਲੀ ਆ ਘੱਟੋ ਘੱਟ 150-200 ਬੰਦਾ ਜਿਨ੍ਹਾਂ ਨੂੰ ਭੁਗਤਾਉਣਾ ਉਹਨਾਂ ਨੇ ਡਾਕਟਰ ਉੱਠ ਜਾਣੇ ਉਹਨਾਂ ਨੇ ਡਾਕਟਰ ਹੀ ਉੱਠ ਜਾਣੇ ਜੀ ਇੱਕ ਕੰਪਿਊਟਰ ਤੇ ਇੱਕ ਬੰਦਾ ਪਰਚੀ ਕੱਟਣ ਡਿਆ ਇੱਕ ਬੰਨੇ ਜੈਂਟਸ ਹੈ ਇੱਕ ਬੰਨੇ ਲੇਡੀਜ਼ ਹੈ ਠੀਕ ਹੈ ਲਾਈਨ ਦੇਖ ਲਓ ਕਿੰਨੀ ਲੰਮੀ ਲੱਗੀ ਆ ਕੀ ਉਹ ਕੰਪਿਊਟਰ ਕਿੰਨੀਆਂ ਕੁ ਪਰਚੀਆਂ ਕੱਟ ਦੇਊਗਾ ਕੱਲ ਐਤਵਾਰ ਸੀ ਕੱਲ ਨਾ ਤਾਂ ਇਹਨਾਂ ਕੰਪਿਊਟਰ ਸਰਵਿਸ ਕਰਾਇਆ ਨਾ ਆਪ ਸਰਵਿਸ ਹੋਏ ਠੀਕ ਆ ਕੋਈ ਇਹਨਾਂ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਸਰਕਾਰ ਦਾ ਕੋਈ ਸਿਸਟਮ ਸੈੱਟ ਨਹੀਂ ਹੈਗਾ ਸਾਡੇ ਡਾਕਟਰ ਪੂਰੇ ਨੇ ਕੋਈ ਸਰਕਾਰ ਦਾ ਡਾਕਟਰ ਪੂਰਾ ਨਹੀਂ ਜੇ ਪਹਿਲਾਂ ਸਰਕਾਰ ਜਦੋਂ ਨਵੀਂ ਆਈ ਸੀ ਉਦੋਂ ਸਾਰੇ 8 ਵਜੇ ਤੈਨਾਤ ਸੀ ਹੁਣ ਆਪਦੀ ਮਰਜ਼ੀ ਨਾਲ ਤੈਨਾਤ ਹੁੰਦੇ ਆ 9 ਵਜੇ ਤੋਂ ਬਾਅਦ ਆਉਂਦੇ ਆ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਕਿੰਨੀ ਦੇਰ ਤੋਂ ਕੀ ਕਰਾਉਣਾ ਹੈ ਜੀ ਇੱਥੇ ਸਰ ਬਸ ਗੁੜੀਆ ਦੀ ਮੈਡੀਸਿਨ ਲੈਣ ਆਏ ਸੀ ਤੇ ਇੱਕ ਸਿਰਫ ਪਰਚੀ ਕਟਾਉਣ ਲਈ 2 ਘੰਟੇ ਹੋ ਗਏ ਆ ਲਗਭਗ 9:30 ਦਾ ਉਰੇ ਆ ਕੇ ਖੜਿਆ ਮੈਂ ਤੇ 2 ਵਿੰਡੋ ਖੁੱਲੀਆਂ ਇੱਕ ਲੇਡੀਜ਼ ਦੀ ਇੱਕ ਜੈਂਟਸ ਦੀ ਫਿਰ ਵੀ ਕੋਈ ਵਾਰੀ ਨਹੀਂ ਆਉਣ ਦੀ ਆ ਸਹੂਲਤਾਂ ਮਿਲ ਰਹੀਆਂ ਸਾਨੂੰ ਸਰਕਾਰ ਵੱਲੋਂ ਲੈਣਾ ਦੇਖ ਲਓ ਜੀ ਜੇ ਥੋੜਾ 10 ਮਿੰਟ ਹੋਰ ਲੱਗੇ ਨੇ ਤਾਂ ਗੇਟ ਤੱਕ ਪਹੁੰਚ ਜਾਣਾ ਨੇ ਸਬਸਕ੍ਰਾਈਬ ਟੂ ਆਵਰ YouTube ਚੈਨਲ ਨਿਊਜ਼ DNN ਬਾਈ ਕਲਿੱਕਿੰਗ ਦ ਬੈਲ ਆਈਕਨ ਡੋਨਟ ਫੋਰਗੇਟ ਟੂ ਲਾਈਕ ਕਮੈਂਟ ਐਂਡ ਸ਼ੇਅਰ